एक बार फिर स्वागत, उम्मीद है कि हुण तक की गलबात तुहानूं जरूर चंगी लगी होगी। सेहत संभाल प्रोग्राम दे विच अज दी गलबात की जा रही है, उह असीं अनीमिया दे बारे गलबात कर रहे हैं और यह प्रोग्राम तुहाडे तक पहुँचदा करन लई सानूं सहयोग होम्यो क्लीनिक दा सहयोग हासिल हुंदा है। सहयोग होम्यो क्लीनिक जिहड़े जून महीने की पहली तरीक तो पहला 269 क्वीन स्ट्रीट अपने पुराने एड्रैस ते ने और पहली जून नूं इहनां दी ओपनिंग हो रही है। सो मैनूं वी सद्दा आ गया जी, तो आप सारिया ने जितने जाना जी 145 क्लीयरेंस स्ट्रीट, क्लीयरेंस तो कनेडी का बिल्कुल खूंजा बनता, यूनिट नंबर 26 पहुँच जाना। इट्स ए वॉक इन क्लीनिक, सवेरे 10 बजे ला के शामी 6 बजे तक किसी वेले भी जा सकते हो। और सेहत संभाल प्रोग्राम हर वार की तरह अपने परमिंदर कौर हो रही होंगे ने, जिन्हों अज अनीमिया बारे गलबात की जा रही है। परमिंदर जी एक बार फिर स्वागत है। थैंक यू सो मच सिद्धू जी। आप जो आयरन की डेफिशियंसी हैगी है जी, ਇਹਦੀਆਂ ਕੰਪਲੀਕੇਸ਼ਨਸ ਕੀ ਹੋ ਸਕਦੀਆਂ ਨੇ, ਇਹ ਆਇਰਨ ਸਰੀਰ 'ਚ ਕਰਦਾ ਕੀ ਆ? ਸਾਰਿਆਂ ਤੋਂ ਪਹਿਲਾਂ ਤਾਂ ਯੈਸ ਡੈਫੀਨੇਟਲੀ, ਜਿੱਦਾਂ ਅਸੀਂ ਥੋੜ੍ਹਾ ਜਿਹਾ ਬਰੀਫਲੀ ਗੱਲ ਕੀਤੀ ਸੀ ਵੀ ਆਇਰਨ ਜਿਹੜਾ ਆ ਆਕਸੀਜਨ ਟਰਾਂਸਮਿਟ ਕਰਦਾ, ਐਨਰਜੀ ਟਰਾਂਸਮਿਟ ਕਰਦਾ, ਸੋ ਇਹ ਚੀਜ਼ਾਂ ਸਾਨੂੰ ਮੋਸਟਲੀ ਪਤਾ ਨੇ ਜੀ। ਬਟ ਇਸ ਤੋਂ ਇਲਾਵਾ ਹੋਰ ਉਹਦੇ ਜਿਹੜੇ ਫੰਕਸ਼ਨ ਆਕਸੀਜਨ ਅਤੇ ਐਨਰਜੀ ਉਹ ਸਾਡੇ ਬਾਡੀ ਦੇ ਅਲੱਗ ਅਲੱਗ ਸੈਲਸ ਨੂੰ ਪਹੁੰਚਾਤੇ, ਮਸਲਸ ਨੂੰ ਪਹੁੰਚਾਤੀ, ਨਰਵਸ ਨੂੰ ਪਹੁੰਚਾ ਦਿੱਤੀ, ਹੋਰ ਕੀ ਕਰ ਸਕਦਾ ਆ? ਦੇਰ ਆਰ ਅਦਰ ਮੇਜਰ ਐਸਪੈਕਟਸ ਦੈਟ ਵੀ ਨੀਡ ਆਇਰਨ ਫੋਰ, ਐਂਡ ਦੈਟ ਇਜ਼ ਆਲਸੋ ਫੋਰ ਇਮਿਊਨ ਸਿਸਟਮ। ਆਪਾਂ ਕਦੀ ਇਸ ਨੂੰ ਕੋਰੀਲੇਟ ਵਿਦ ਆਰ ਇਮਿਊਨ ਸਿਸਟਮ ਨਹੀਂ ਕਰਦੇ, ਬਟ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਟੂ ਬਿਲਡ ਇਨ ਗੁੱਡ ਇਮਿਊਨ ਸਿਸਟਮ ਆਲਸੋ, ਆਇਰਨ ਇਜ਼ ਨੀਡਿਡ। ਜੇ ਆਇਰਨ ਦੀ ਕਮੀ ਹੈਗੀ ਹੈ ਤਾਂ ਤੁਹਾਡਾ ਜਿਹੜਾ ਡਿਫੈਂਸ ਸਿਸਟਮ ਹੈ, ਔਰ ਬਹੁਤ ਵਾਰੀ ਡਾਕਟਰਸ ਦੇ ਦੇਖਦੇ ਨੇ ਜਿਹੜੇ ਬੱਚੇ ਜਾਂ ਇਨਸਾਨ ਬਾਰ ਬਾਰ ਸਿੱਕ ਹੋ ਰਹੇ ਨੇ, ਰਿਕਰੰਟ ਇਨਫੈਕਸ਼ਨ ਹੋ ਰਹੀਆਂ ਹੈਗੀਆਂ, ਇੱਕ ਅੱਛਾ ਡਾਕਟਰ ਜਿਹੜਾ ਆਇਰਨ ਨੂੰ ਵੀ ਚੈੱਕ ਕਰਨ ਦੀ ਕੋਸ਼ਿਸ਼ ਕਰਦਾ ਵੀ ਇਸ ਦੀ ਜਿਹੜੀ ਇਹ ਕਾਰਨ ਹੈਗਾ ਵੀਕਨੈਸ ਆਫ ਦ ਇਮਿਊਨ ਸਿਸਟਮ ਐਂਡ ਬੀਇੰਗ ਸਿੱਕ ਅਗੇਨ ਐਂਡ ਅਗੇਨ, ਇਹ ਕਿਤੇ ਆਇਰਨ ਡੈਫੀਸ਼ੀਐਂਸੀ ਤਾਂ ਨਹੀਂ, ਐਂਡ ਦਾ ਰਾਈਟ ਡਾਇਗਨੋਸਿਸ ਇਜ਼ ਆਲਵੇਜ਼ ਅ ਰਾਈਟ ਟ੍ਰੀਟਮੈਂਟ। ਸੋ ਉਸ ਇਨਫੈਕਸ਼ਨ ਨੂੰ ਦੂਰ ਕਰਨ ਲਈ ਜੇ ਇੱਕ ਸਿਆਣਾ ਡਾਕਟਰ, ਐਂਡ ਆਈ ਹੈਵ ਸੀਨ ਕਿ ਡਾਕਟਰਸ ਇਨਸਟੈਡ ਆਫ ਜਸਟ ਕੀਪ ਰਿਪੀਟਿੰਗ ਦ ਐਂਟੀਬਾਇਟਿਕਸ, ਦੇ ਸੇ ਓਕੇ ਯੂ ਨੋ ਲੈਟ ਮੀ ਸੀ ਤੇਰਾ ਆਇਰਨ ਕਿੱਦਾਂ, ਲੈਟ ਮੀ ਡੂ ਯੂਰ ਬਲੱਡ ਵਰਕ, ਐਂਡ ਐਜ਼ ਦੇ ਸੀ ਕਿ ਹੀਮੋਗਲੋਬਿਨ ਐਂਡ ਆਇਰਨ ਘੱਟ ਹੈਗਾ, ਤਾਂ ਉਹ ਇੱਕ ਸਪਲੀਮੈਂਟ ਕਰਦੇ ਨੇ, ਜੋ ਹੀ ਸਪਲੀਮੈਂਟ ਕੀਤਾ ਜਾਂਦਾ ਇਨਫੈਕਸ਼ਨ ਦਾ ਵਿਸ਼ਸ ਸਾਈਕਲ ਵੀ ਟੁੱਟ ਜਾਂਦਾ ਜੀ। ਬਹੁਤ ਵਾਰੀ ਜਿਹੜਾ ਇਹ ਹੈਗਾ ਕਿ ਆਇਰਨ ਸਪਲੀਮੈਂਟ ਜਾਂ ਆਇਰਨ ਪੂਰੀ ਤਰ੍ਹਾਂ ਠੀਕ ਵੀ ਹੈਗਾ ਸਰੀਰ 'ਚ, ਫਿਰ ਵੀ ਯੂ ਹੈਵ ਵੀਕਰ ਇਮਿਊਨ ਸਿਸਟਮ, ਐਂਡ ਦੈਟ ਕੁਡ ਆਲਸੋ ਬੀ ਬਿਕੋਜ਼ ਆਫ ਸੋ ਮੈਨੀ ਟਾਈਮਸ ਵੀ ਕੀਪ ਡੂਇੰਗ ਯੂ ਨੋ ਐਂਟੀਬਾਇਟਿਕ ਕੋਰਸਿਸ, ਜਿਹੜੇ ਕਿ ਰਿਕੁਆਇਰਡ ਵੀ ਕਈ ਵਾਰੀ ਹੁੰਦੇ ਨੇ, ਬਟ ਅਗੈਨ ਉਹਨਾਂ ਦੇ ਜਿਹੜੇ ਆਪਣੇ ਬੈਡ ਇਫੈਕਟਸ ਨੇ ਵੀ ਆਲਰੇਡੀ ਨੋ। ਫਰਦਰ ਜਿਹੜਾ DNA ਡਿਸਟਰਕਸ਼ਨ ਵੀ ਜਿਹੜੀ ਹੈ ਉਹ ਆਇਰਨ ਜੇ ਬਹੁਤ ਜ਼ਿਆਦਾ ਘੱਟ ਹੋਵੇ ਤਾਂ ਸਾਡੇ ਸਰੀਰ ਦੇ ਅੰਦਰ DNA ਜਿਹੜਾ ਕਿ ਇੱਕ ਇੰਪੋਰਟੈਂਟ ਕੰਪੋਨੈਂਟ ਹੈ, ਜਿਹੜਾ ਸਾਡੇ ਸਰੀਰ ਦੇ ਅਸੀਂ ਕਹਿ ਸਕਦੇ ਹਾਂ ਵੀ ਬੇਸਿਕ ਫਾਰਮੂਲੇਸ਼ਨ ਨੂੰ ਸੰਭਾਲ ਕੇ ਰੱਖਦਾ ਹੈਗਾ ਅਤੇ ਅੱਗੇ ਅਗਲੀ ਜਨਰੇਸ਼ਨ ਨੂੰ ਪਾਸ ਕਰਦਾ, ਉਹਦੇ ਅੰਦਰ ਵੀ ਡਿਸਟਰਕਸ਼ਨ ਆ ਸਕਦੀ ਹੈਗੀ ਹੈ ਜੇ ਆਇਰਨ ਦੀ ਕਮੀ ਹੈਗੀ ਹੈ। ਸੋ ਇਹ ਤਾਂ ਇਹਦੇ ਹੋ ਗਏ ਜਿਹੜੇ ਅਸੀਂ ਕਹਿ ਸਕਦੇ ਹਾਂ ਵੀ ਇੰਪੋਰਟੈਂਟ। ਸੋ ਆਮ ਤੌਰ 'ਤੇ ਜਿਵੇਂ ਸਮਝ ਜਾਵੇ ਕਿ ਜਿਵੇਂ ਆਇਰਨ ਦਾ ਮਤਲਬ ਆ ਲੋਹਾ, ਹਾਂਜੀ, ਬਲੱਡ ਦੇ ਵਿੱਚ ਲੋਹੇ ਦੀ ਮਾਤਰਾ ਘਟੇ ਅਤੇ ਆਹ ਕੰਪਲੀਕੇਸ਼ਨ ਆਉਂਦੀਆਂ ਨੇ, ਜੋ ਆਪਾਂ ਬਾਹਰ ਵੀ ਹਾਂ ਜੇ ਆਪਾਂ ਸਪੋਜ਼ ਆਪਾਂ ਲੈਂਟਰ ਦੀ ਗੱਲ ਕਰਦੇ ਜਿੱਥੇ ਲੋਹਾ ਵਰਤਿਆ ਜਾਂਦਾ ਜੀ, ਸੋ ਜੇ ਉਹਦੇ ਵਿੱਚ ਸੀਮੈਂਟ ਦੇ ਨਾਲ ਲੋਹਾ ਨਾ ਪਾਈਏ ਫਾਊਂਡੇਸ਼ਨ ਖਰਾਬ ਹੁੰਦੀ, ਫਾਊਂਡੇਸ਼ਨ ਖਰਾਬ ਹੁੰਦੀ ਜਾਂ ਫਿਰ ਉਹਦੇ ਵਿੱਚ ਉਹ ਮਜ਼ਬੂਤੀ ਨਹੀਂ ਰਹਿੰਦੀ। ਸੋ ਲੋਹੇ ਦੀ ਜਿਹੜੀ ਪਕੜ ਆ ਉਹ ਹੀ ਸੀਮੈਂਟ ਦੇ ਨਾਲ ਰਲ ਕੇ ਤੁਹਾਨੂੰ ਮਜ਼ਬੂਤ ਬਣਾਉਂਦੀ ਹੈ। ਸੋ ਜਿਹੜਾ ਜੇ ਸਪੋਜ਼ ਬਲੱਡ ਸੈਲਸ ਦੇ ਵਿੱਚ ਲੋਹੇ ਦੀ ਮਾਤਰਾ ਘਟ ਗਈ ਆ, ਉਹਦੇ ਵਿੱਚ ਲਚਕੀਲਾਪਨ ਤੇ ਕਹਿ ਲਓ ਜਾਂ ਫਿਰ ਇਹ ਕਹਿ ਲਓ ਕਿ ਉਹ ਵਿਚਾਰਾ ਜਿਹੜਾ ਉਹ ਜ਼ਰੂਰਤ ਘਟ ਜਾਂਦੀ ਹੈ, ਪਰ ਉਹਦਾ ਵੀ ਉਹਨਾਂ ਹੀ ਇੰਪੋਰਟੈਂਟ ਫੰਕਸ਼ਨ ਹੈਗਾ ਜੀ ਜੀ। ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਲੋਹੇ ਵਾਂਗੂ ਜਾਂ ਫਾਊਂਡੇਸ਼ਨ ਵਾਂਗੂ ਕੰਮ ਕਰਦਾ, ਪਰ ਉਹਦਾ ਵੀ ਉਹਨਾਂ ਹੀ ਇੰਪੋਰਟੈਂਟ ਫੰਕਸ਼ਨ ਹੈਗਾ ਜਿੰਨਾ ਕਿ ਉਸ ਸਰੀਏ ਦਾ ਇੱਕ ਫਾਊਂਡੇਸ਼ਨ 'ਚ ਹੈਗਾ। ਇੱਕ ਵੱਡੀ ਚੀਜ਼ ਇਹ ਵੀ ਹੈ ਕਿਉਂਕਿ ਜਿਹੜਾ ਆਪਾਂ ਬਲੱਡ ਦੀ ਗੱਲ ਕਰਦੇ ਹਾਂ ਕਿ ਬਲੱਡ ਜਿਹੜਾ ਹੈ ਉਹ ਐਜ਼ ਏ ਟਰਾਂਸਪੋਰਟਰ ਕੰਮ ਕਰਦਾ, ਉਹਨੇ ਆਕਸੀਜਨ ਜਿਹੜੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚਾਉਣੀ ਹੈ, ਪਰ ਲੈ ਕੇ ਜਾਣ ਵਾਲੇ ਤਾਂ ਇਹ ਕੰਪੋਨੈਂਟ। ਬਿਲਕੁਲ ਜੀ। ਸੋ ਜਿਹੜਾ ਇੱਕ ਉਦਾਹਰਨ ਦੇ ਤੌਰ ਦੇ ਉੱਪਰ ਵੀ ਜੇ ਮੰਨ ਲਓ ਕਿਤੇ ਖੁੱਲਾ ਫਲੈਟ ਬੈੱਡ ਕੋਈ ਚੀਜ਼ ਦੇ ਹੈਗੀ ਆ, ਉਹ ਟਰੱਕ ਉਹ ਟਰਾਂਸਪੋਰਟਰ ਹੋ ਗਿਆ ਜੀ, ਉਹਦੇ ਉੱਪਰ ਅਸੀਂ ਉਹ ਸਾਰਾ ਸਮਾਨ ਲੱਦਿਆ ਆ ਪਰ ਉਹਨੂੰ ਕਿਸੇ ਨੇ ਰੱਸਾ ਨਹੀਂ ਪਾਇਆ, ਜਦੋਂ ਸੜਕ ਤੇ ਲਿਜਾਵਾਂਗੇ ਕਿਤੇ ਮਾੜਾ ਜਿਹਾ ਮੋੜ ਕੱਟਿਆ, 2 ਬੋਰੀਆਂ ਇੱਥੇ ਡਿੱਗ ਪਈਆਂ, 3 ਬੋਰੀਆਂ ਉੱਥੇ ਡਿੱਗ ਪਈਆਂ, ਹੌਲੀ ਹੌਲੀ ਜਿੱਥੋਂ ਤੱਕ ਚੀਜ਼ ਪਹੁੰਚਣੀ ਆ ਉਹ ਤੱਕ ਸ਼ਾਇਦ ਪਹੁੰਚੇ ਨਾ। ਸੋ ਇੱਕ ਢੰਗ ਦੇ ਨਾਲ ਜਿਹੜਾ ਆਇਰਨ ਆ ਇਹ ਬੋਡੀ 'ਚ ਇਹ ਕੰਮ ਕਰਦਾ, ਉਹਨੂੰ ਫੜ ਕੇ ਰੱਖਦਾ ਤਾਂ ਕਿ ਜਿਹੜੀ ਚੀਜ਼ ਜਿੱਥੇ ਪਹੁੰਚਣੀ ਆ ਉੱਥੋਂ ਤੱਕ ਸਿਕਿਓਰਲੀ ਲੋਡ ਪਹੁੰਚ ਜਾਵੇ। ਦੈਨ ਅਨਦਰ ਮੇਜਰ ਫੈਕਟਰ, ਔਰ ਉਸ ਚੀਜ਼ ਵੱਲ ਵੀ ਨੈਗਲੀਜੈਂਸ ਹੁੰਦੀ ਹੈਗੀ ਹੈ ਕਿ ਜਿਹੜਾ ਸਾਡਾ ਲੋ ਆਇਰਨ ਹੈਗਾ ਸਾਡੇ ਸਰੀਰ ਦੇ ਅੰਦਰ ਥਾਇਰੋਇਡ ਦੇ ਇਸ਼ੂਜ਼ ਵੀ ਪੈਦਾ ਕਰ ਸਕਦਾ, ਕਿਉਂਕਿ ਆਇਰਨ ਦੀ ਕਮੀ ਦੇ ਨਾਲ ਕੀ ਹੁੰਦਾ ਕਿ ਸਾਡੇ ਜਿਹੜੇ ਵੀ ਆਲਰੇਡੀ ਨੋ ਕਿ ਸਾਡਾ ਜਿਹੜਾ ਥਾਇਰੋਇਡ ਹੈਗਾ ਉਹਦੇ ਦਿਮਾਗ ਤੋਂ TSH ਆਉਂਦਾ, ਫਿਰ ਇਹ ਦੋ ਹਾਰਮੋਨ ਬਣਾਉਂਦਾ T3 T4, ਤੇ T4 ਨੂੰ T3 ਚ ਕਨਵਰਟ ਕਰਨ ਲਈ ਆਇਰਨ ਦੀ ਲੋੜ ਹੁੰਦੀ ਹੈ, ਤੇ ਜਦੋਂ ਉਹਦੀ ਆਇਰਨ ਦੀ ਕਮੀ ਹੋ ਗਈ T4 T3 ਚ ਕਨਵਰਟ ਨਹੀਂ ਹੋਇਆ, ਇਹਦਾ ਮਤਲਬ ਹੈ ਹਾਰਮੋਨ ਇੰਬੈਲੈਂਸ ਹੁੰਦਾ, ਤਾਂ ਤੁਹਾਡਾ ਜਿਹੜਾ ਸਰੀਰ ਹੈ ਉਸ ਦੇ ਅੰਦਰ ਥਾਇਰੋਇਡ ਮਾਲ ਫੰਕਸ਼ਨ ਵੀ ਆਉਂਦਾ, T3 ਦੀ ਮਾਤਰਾ ਆਟੋਮੈਟਿਕਲੀ ਜੇ ਵੱਧ ਜਾਣੀ ਆ ਤੇ 4 ਦੀ ਆਟੋਮੈਟਿਕਲੀ ਘਟ ਜਾਣੀ, ਐਂਡ ਦੈਟ ਲੀਡਸ ਟੂ ਅਗੇਨ
ਮਾਲ ਫੰਕਸ਼ਨਿੰਗ ਹੋ ਜਾਵੇ ਥਾਇਰੋਇਡ ਗਲੈਂਡ ਤੇ ਆਪਾਂ ਫਿਰ ਉਹਦੇ ਪਿੱਛੇ ਵੀ ਗੋਲੀ ਖਾਣ ਲੱਗਦੇ ਹੈਗੇ ਆ ਵੇਅਰ ਐਜ਼ ਅਗੇਨ ਆਈ ਸੈਡ ਕਿ ਇੱਕ ਹੈਲਦੀ ਪ੍ਰੈਕਟੀਸ਼ਨਰ ਇੱਕ ਅੱਛਾ ਪ੍ਰੈਕਟੀਸ਼ਨਰ ਇਹਨਾਂ ਚੀਜ਼ਾਂ ਨੂੰ ਡਾਇਗਨੋਸ ਕਰਦਾ ਤੇ ਸਟਿਚ ਇਨ ਟਾਈਮ ਜਾਂ ਰਾਈਟ ਅਪਰੋਚ ਜਾਂ ਰਾਈਟ ਟ੍ਰੀਟਮੈਂਟ ਜਿਹੜਾ ਹੈ ਅੱਗੇ ਉਹੋ ਜਿਹਾ ਰੋਗ ਜਿਹਦੇ ਵਾਸਤੇ ਤੁਹਾਨੂੰ ਸਾਰੀ ਉਮਰ ਗੋਲੀ ਖਾਣੀ ਪੈ ਸਕਦੀ ਹੈ ਉਸਨੂੰ ਵੀ ਉਹ ਔਨ ਟਾਈਮ ਜੇ ਫੜ ਲਵੇ ਤਾਂ ਅਵੋਇਡ ਕਰ ਸਕਦਾ ਹੈ ਜੀ ਦੂਸਰੀ ਵੱਡੀ ਚੀਜ਼ ਕਿ ਚਲੋ ਇਸ ਤੋਂ ਪਹਿਲਾਂ ਕਿ ਸਪਲੀਮੈਂਟ ਤੋਂ ਬਚਿਆ ਜਾ ਸਕੇ ਉਸ ਤੋਂ ਪਹਿਲਾਂ ਕਿ ਇਹੋ ਜਿਹੀ ਸਿਚੁਏਸ਼ਨ ਆਉਣ ਹੀ ਨਾ ਦਿੱਤੀ ਜਾਵੇ ਕਿ ਤੁਹਾਨੂੰ ਬਾਹਰੋਂ ਹੈਲਪ ਲੈਣੀ ਪਵੇ ਉਹਦੇ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਬਿਫੋਰ ਵੀ ਗੋਇੰਗ ਟੂ ਦੈਟ ਐਜ਼ ਵੈਲ ਵੀ ਨੀਡ ਟੂ ਐਨਾਲਾਈਜ਼ ਕਿ ਕੁਝ ਲੱਛਣ ਜਦੋਂ ਆਪਾਂ ਗੱਲ ਕਰਦੇ ਹਾਂ ਥਾਇਰੋਇਡ ਦੀ ਕਮੀ ਦੀ ਆਇਰਨ ਦੀ ਕਮੀ ਆਉਂਦੀ ਹੈ ਤਾਂ ਸਾਡੇ ਸਰੀਰ ਦੇ ਅੰਦਰ ਸਿੰਪਟਮਸ ਵੀ ਆਉਂਦੇ ਨੇ ਸੋ ਸੂਈ ਲਵਾ ਕੇ ਖੂਨ ਕਢਾ ਕੇ ਤੇ ਟੈਸਟ ਕਰਾ ਕੇ ਪਤਾ ਲੱਗਦਾ ਜਾਂ ਫਿਰ ਉਦਾਂ ਵੀ ਪਤਾ ਲੱਗ ਜਾਂਦਾ ਵੀ ਦੈਟਸ ਵਾਟ ਆਈ ਮੈਂਟ ਟੂ ਸੇ ਇਜ਼ ਕਿ ਸਾਨੂੰ ਜਾਂ ਫਿਰ ਸਾਨੂੰ ਸੂਈ ਲਵਾਉਣ ਜਾਣਾ ਚਾਹੀਦਾ ਹੈ ਬਹੁਤ ਵਾਰੀ ਕਈ ਵਾਰੀ ਮੈਂ ਸੁਣਦੀ ਹਾਂ ਪੇਸ਼ੈਂਟ ਮੇਰੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਜੀ ਜੇ ਮੈਂ ਪੁੱਛਾਂ ਜੀ ਹਾਂਜੀ ਲਾਸਟ ਬਲੱਡ ਵਰਕ ਉਹ ਤਾਂ ਭੈਣ ਜੀ 3-4 ਸਾਲ ਹੋ ਗਏ ਕਰਾਇਆ ਨਹੀਂ ਮਤਲਬ ਅਸੀਂ ਇੰਨਾ ਜ਼ਿਆਦਾ ਆਪਣੀ ਲਾਈਫ ਦੇ ਅੰਦਰ ਬਿਜ਼ੀ ਹਾਂ ਕਿ ਅਸੀਂ ਨੈਗਲੀਜੈਂਸ ਕਰਦੇ ਹੈਗੇ ਹਾਂ ਟੂ ਗੈਟ ਦੀਜ਼ ਡਾਇਗਨੋਸਿਸ ਡਨ ਪਰ ਆਪਣਾ ਐਨੂਅਲ ਫਿਜ਼ੀਕਲ ਅਤੇ ਬਲੱਡ ਵਰਕ ਕਰਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਓਵਰਆਲ ਜਨਰਲ ਹੈਲਥ ਵੈਲਬੀਂਗ ਨੂੰ ਉਹਦੇ ਅੰਦਰ ਕੁਛ ਨਾ ਕੁਛ ਇੰਡੀਕੇਸ਼ਨ ਦੇ ਦਿੰਦਾ ਹੈਗਾ ਜਿਹਦੇ ਨਾਲ ਕਿ ਫਰਦਰ ਕਿਸੇ ਆਉਣ ਵਾਲੇ ਰੋਗ ਨੂੰ ਅਸੀਂ ਰਾਈਟ ਅਵੇ ਰੋਕ ਸਕਦੇ ਹਾਂ ਸੋ ਇਸੇ ਹੀ ਕਰਕੇ ਜੇ ਅਸੀਂ ਆਇਰਨ ਦਾ ਵੀ ਜਾਂ ਫੁੱਲ ਜਦੋਂ ਅਸੀਂ CPC ਕਰਾਉਂਦੇ ਹਾਂ ਤਾਂ ਉਹਦੇ ਅੰਦਰ ਆਇਰਨ ਦੀ ਇੰਡੀਕੇਸ਼ਨ ਆਉਂਦੀ ਪਰ ਉਸ ਤੋਂ ਪਹਿਲਾਂ ਲੱਛਣ ਵੀ ਆਉਂਦੇ ਨੇ ਜੀ ਸੋ ਐਜ਼ ਵੀ ਆਲਵੇਸ ਡਿਸਕਸ ਕਿ ਹੋਮਿਓਪੈਥ ਸਿੰਪਟਮ ਬੇਸਡ ਟ੍ਰੀਟਮੈਂਟ ਕਰਦਾ ਤਾਂ ਉਹ ਸਿੰਪਟਮਸ ਨੂੰ ਹੀ ਫੜਦਾ ਤਾਂ ਸਿੰਪਟਮਸ ਬਾਰੇ ਹੀ ਤੁਹਾਨੂੰ ਐਜੂਕੇਟ ਕਰਦਾ ਜੀ ਸੋ ਜੇ ਅਸੀਂ ਇਹ ਦੇਖਦੇ ਹਾਂ ਕਿ ਮੈਂ ਬਹੁਤ ਥੱਕਿਆ ਰਹਿੰਦਾ ਤਾਂ ਹੋ ਸਕਦਾ ਹੈ ਕਿ ਆਇਰਨ ਦੀ ਘਾਟ ਹੈਗੀ ਹੈ ਔਰ ਥੱਕੇ ਰਹਿਣ ਦਾ ਮਤਲਬ ਕਿਉਂ ਥੱਕਿਆ ਰਹਿਣਾ ਜਿਸ ਤਰ੍ਹਾਂ ਅਸੀਂ ਕਿਹਾ ਕਿ ਆਇਰਨ ਦੀ ਕਮੀ ਹੋਣ ਦੇ ਨਾਲ ਮਾਇਓਗਲੋਬਿਨ ਜਿਹੜਾ ਕਿ ਮਸਲਸ ਨੂੰ ਆਕਸੀਜਨ ਅਤੇ ਐਨਰਜੀ ਭੇਜਦਾ ਉਹਦੀ ਕਮੀ ਵੀ ਆਏਗੀ ਅਤੇ ਜੇ ਮਾਇਓਗਲੋਬਿਨ ਦੀ ਕਮੀ ਆ ਗਈ ਤਾਂ ਮੇਰੇ ਮਸਲਸ ਨੂੰ ਆਕਸੀਜਨ ਐਨਰਜੀ ਨਹੀਂ ਜਾ ਰਹੀ ਤਾਂ ਮੈਂ ਥੋੜ੍ਹਾ ਜਿਹਾ ਹੀ ਭੱਜ ਕੇ ਥੱਕ ਜਾਵਾਂਗੀ ਮੇਰੀਆਂ ਲੱਤਾਂ ਥੱਕ ਜਾਣਗੀਆਂ ਮੇਰੀਆਂ ਪਿੰਨੀਆਂ ਦੁਖਣ ਲੱਗ ਜਾਣਗੀਆਂ ਦੈਟ ਇਜ਼ ਵਨ ਫਟੀਗ ਦੈਨ ਕਮਸ ਦ ਪੈਲਪੀਟੇਸ਼ਨ ਸੋ ਮੈਂ ਥੋੜ੍ਹਾ ਜਿਹਾ ਭੱਜੀ ਤਾਂ ਮੇਰਾ ਦਿਲ ਧੜਕਣ ਲੱਗਦਾ ਸੋ ਆਇਰਨ ਦੀ ਕਮੀ ਹੋਣ ਕਰਕੇ ਕਿਉਂਕਿ ਮੇਰੇ ਪੂਰੇ ਸਰੀਰ ਦੇ ਅੰਦਰ ਆਕਸੀਜਨ ਦੀ ਕਮੀ ਹੋਣ ਲੱਗ ਗਈ ਆਕਸੀਜਨ ਦੀ ਕਮੀ ਹੋਣ ਨਾਲ ਦਿਮਾਗ ਤੋਂ ਹਾਰਟ ਨੂੰ ਸਿਗਨਲ ਆਉਂਦਾ ਵੀ ਆਕਸੀਜਨ ਦੀ ਕਮੀ ਹੋ ਰਹੀ ਤੇਰਾ ਕੰਮ ਜ਼ਿਆਦਾ ਤੂੰ ਤੇਜ਼ੀ ਨਾਲ ਚੱਲ ਕਿਉਂਕਿ ਹਾਰਟ ਦਾ ਕੰਮ ਹੈਗਾ ਟੂ ਪੰਪ ਇਨ ਐਂਡ ਟੂ ਅਰੇਂਜ ਦੈਟ ਠੀਕ ਹੈ ਸੋ ਲੰਗਸ ਵੀ ਜ਼ਿਆਦਾ ਤੇਜ਼ੀ ਨਾਲ ਕੰਮ ਕਰਦੇ ਟੂ ਬ੍ਰਿੰਗ ਮੋਰ ਆਕਸੀਜਨ ਤੇ ਹਾਰਟ ਵੀ ਜ਼ਿਆਦਾ ਪੰਪ ਕਰਦਾ ਟੂ ਪੰਪ ਮੋਰ ਆਕਸੀਜਨ ਟੂ ਦੋਜ਼ ਏਰੀਆਜ਼ ਆਮ ਤੌਰ ਤੇ ਕਈ ਲੋਕ ਜਿਹੜੇ ਨੇ ਉਹ ਕਹਿੰਦੇ ਕਿ ਪੌੜੀਆਂ ਚੜ ਕੇ ਵੀ ਸਾਹ ਬਹੁਤ ਛੇਤੀ ਚੜਨ ਲੱਗ ਪੈਂਦੇ ਬਿਲਕੁਲ ਜੀ ਸੋ ਦੈਟ ਮੀਨਸ ਹੁਣ ਅੱਗੇ ਕੀ ਹੋ ਗਿਆ ਕਿ ਜੇ ਮੈਨੂੰ ਆਇਰਨ ਦੀ ਕਮੀ ਹੈ ਤਾਂ ਮੇਰਾ ਸਾਹ ਵੀ ਫੁੱਲੇਗਾ ਮੈਨੂੰ ਥਕਾਵਟ ਵੀ ਹੋਏਗੀ ਮੇਰੀਆਂ ਲੱਤਾਂ ਵੀ ਦੁੱਖਣਗੀਆਂ ਮੇਰੀ ਬਾਡੀ ਵੀ ਦੁੱਖ ਸਕਦੀ ਹੈਗੀ ਹੈ ਜਲਦੀ ਮੈਂ ਥੱਕ ਜਾਣਾ ਅਤੇ ਮੇਰਾ ਸਾਹ ਵੀ ਫੁੱਲ ਜਾਂਦਾ ਮੈਂ ਥੋੜ੍ਹਾ ਜਿਹਾ ਚੱਲਦਾ ਪੌੜੀਆਂ ਹੀ ਚੜ੍ਹਦਾ ਤਾਂ ਮੇਰਾ ਜਿਹੜਾ ਔਰ ਰੀਜ਼ਨ ਉਹੀ ਹੈ ਕਿ ਹਾਰਟ 'ਤੇ ਪ੍ਰੈਸ਼ਰ ਜ਼ਿਆਦਾ ਪੈਂਦਾ ਹੈਗਾ ਔਰ ਇਸੇ ਹੀ ਕਰਕੇ ਕਰੋਨਿਕ ਜਿਨ੍ਹਾਂ ਦੇ ਅੰਦਰ ਆਇਰਨ ਦੀ ਕਮੀ ਰਹਿੰਦੀ ਹੈ ਉਹਨਾਂ ਦੀ ਮੇਜਰ ਕੰਪਲੀਕੇਸ਼ਨਸ ਦੇ ਅੰਦਰ ਆਉਂਦਾ ਐਨਲਾਰਜਮੈਂਟ ਆਫ ਹਾਰਟ ਠੀਕ ਕਿ ਹਾਰਟ ਦਿਲ ਦਾ ਸਾਈਜ਼ ਵੱਧ ਜਾਂਦਾ ਕਿਉਂਕਿ ਇੰਨਾ ਉਹਨੂੰ ਕੰਮ ਕਰਨਾ ਪੈਂਦਾ ਹੈ ਕਿ ਉਹ ਆਪਣੇ ਆਪ ਨੂੰ ਹੌਲੀ ਹੌਲੀ ਐਡਜਸਟ ਕਰਦਾ ਹੈ ਉਸ ਚੀਜ਼ ਦੇ ਨਾਲ ਦੈਨ ਅਸੀਂ ਦੇਖਦੇ ਹਾਂ ਕਿ ਵਾਲ ਝੜਦੇ ਨੇ ਠੀਕ ਸੋ ਲੋਟ ਆਫ ਪੇਸ਼ੈਂਟਸ ਦੇ ਸੀ ਹੇਅਰ ਫਾਲ ਕਿ ਉਹਨਾਂ ਦੇ ਵਾਲ ਬਹੁਤ ਜ਼ਿਆਦਾ ਝੜਦੇ ਪਏ ਨੇ ਇਹ ਤੁਹਾਡੇ ਆਇਰਨ ਦੀ ਕਮੀ ਨਾਲ ਵੀ ਹੋ ਸਕਦਾ ਅਤੇ ਉਹਦੇ ਨਾਲ ਹੋਈ ਹੋਈ ਥਾਇਰੋਇਡ ਦੀ ਇਸ਼ੂਜ਼ ਦੇ ਨਾਲ ਵੀ ਹੋ ਸਕਦਾ ਹੁਣ ਇੱਥੇ ਕੀ ਹੁੰਦਾ ਹੈ ਜਦੋਂ ਹੀ ਤੁਹਾਡਾ ਅਸੀਂ ਦੇਖਦੇ ਹਾਂ ਆਇਰਨ ਫਾਲ ਹੁੰਦਾ ਹੈ ਤਾਂ ਬਾਡੀ ਕੀ ਕਰਦੀ ਹੈ ਜਿੱਦਾਂ ਅਸੀਂ ਕਿਹਾ ਸੀ ਕਿ ਆਕਸੀਜਨ ਦੀ ਕਮੀ ਅਤੇ ਐਨਰਜੀ ਦੀ ਕਮੀ ਹੁੰਦੀ ਹੈ ਤਾਂ ਬਾਡੀ ਕੀ ਕਰਦੀ ਹੈ ਗੋਇੰਗ ਟੂ ਸਰਵਾਈਵਲ ਮੋਡ ਸਰਵਾਈਵਲ ਮੋਡ ਕੀ ਹੈਗਾ ਵੀ ਜਿੰਨੇ ਇੰਪੋਰਟੈਂਟ ਕੰਮ ਨੇ ਨਾ ਪਹਿਲਾਂ ਤਾਂ ਉਹਨਾਂ ਨੂੰ ਪਹੁੰਚਾਓ ਠੀਕ ਹੈ ਜੀ ਇੰਪੋਰਟੈਂਟ ਕੰਮ ਹੋ ਗਏ ਸਾਰੇ ਜਿਹੜੇ ਫੰਕਸ਼ਨ ਆਰਗਨਸ ਕਰ ਰਹੇ ਹੈ ਉਹਨਾਂ ਆਰਗਨਸ ਨੂੰ ਪਹੁੰਚਾਓ ਪਹਿਲਾਂ ਉਹਨਾਂ ਨੂੰ ਠੀਕ ਠਾਕ ਰੱਖੋ ਬਾਕੀ ਜਿੱਥੇ ਅਵੋਇਡ ਕੀਤਾ ਜਾਂਦਾ ਉੱਥੇ ਅਵੋਇਡ ਕੀਤਾ ਜਾਏ ਜਿਵੇਂ ਠੰਡ ਦੇ ਹਾਲਤ ਵਿੱਚ ਹੁੰਦਾ ਹਾਂਜੀ ਤੇ ਉਹਦੇ ਅੰਦਰ ਕੀ ਹੋਇਆ ਹੱਥ ਪੈਰ ਠੰਡੇ ਰਹਿੰਦੇ ਨੇ ਕਿਉਂਕਿ ਚੱਲ ਠੀਕ ਹੈ ਹੱਥ ਠੰਡੇ ਆ ਤਾਂ ਕੋਈ ਗੱਲ ਨਹੀਂ ਉੱਥੋਂ ਤੱਕ ਆਕਸੀਜਨ ਨਹੀਂ ਵੀ ਪਹੁੰਚਦੀ ਕੋਈ ਨਹੀਂ ਜਾਂ ਉੱਥੋਂ ਤੱਕ ਹੀਟ ਨਹੀਂ ਵੀ ਪਹੁੰਚਦੀ ਤਾਂ ਕੋਈ ਨਹੀਂ ਉਸੇ ਤਰ੍ਹਾਂ ਵਾਲਾਂ ਦੀ ਹੈਲਥ ਸੋ ਵਾਲਾਂ ਨੂੰ ਜੇ ਐਨਰਜੀ ਨਹੀਂ ਵੀ ਮਿਲਦੀ ਪਈ ਤਾਂ ਕੋਈ ਗੱਲ ਨਹੀਂ ਵਾਲ ਜਿਹੜੇ ਨੇ ਉਹਦੇ ਬਗੈਰ ਜ਼ਿੰਦਗੀ ਹੈ ਸੋ ਇਹ ਸਾਡਾ ਜਿਹੜਾ ਅੰਦਰ ਦਾ ਡਿਫੈਂਸ ਮੋਡ ਹੈਗਾ ਉਹ ਕਹਿੰਦਾ ਵੀ ਜੇ ਵਾਲ ਨਹੀਂ ਵੀ ਹੈਗੇ ਤਾਂ ਬੰਦਾ ਬਚ ਜਾਏਗਾ ਆਰਗਨ ਨੂੰ ਸਹੀ ਆਕਸੀਜਨ ਵਗੈਰਾ ਮਿਲਣੀ ਚਾਹੀਦੀ ਬਿਲਕੁਲ ਜੀ ਆਮ ਤੌਰ ਤੇ ਉੱਪਰ ਜੇ ਉੱਪਰ ਜਾ ਕੇ ਤੇ ਵਾਲਾਂ ਵਾਲਾ ਭਾਈ ਜਾ ਕੇ ਸ਼ਿਕਾਇਤ ਵੀ ਲਾਉਂਦਾ ਹੋਵੇ ਭਾਈ ਜੇ ਉੱਥੋਂ ਤੱਕ ਨਾ ਪਹੁੰਚੇ ਤੇ ਵਾਲ ਕਹਿੰਦੇ ਵੀ ਅਸੀਂ ਝੜ ਜਾਣਾ ਉਹ ਤਾਂ ਕੋਈ ਗੱਲ ਤੇਤੋਂ ਬਗੈਰ ਸਰਦਾ ਤੂੰ ਝੜਨਾ ਝੜ ਉਹਦਾ ਨਾ ਫਿਕਰ ਕਰ ਉਹ ਹੌਲੀ 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 ਕਰਕੇ ਜਿਹੜਾ ਉਹ ਸਿਰ ਥੈਲੀਅਰ ਕਰੇਗਾ ਬਿਲਕੁਲ ਜੀ ਅਸਲ 'ਚ ਜੇ ਕਿਸੇ ਦੇ ਵਾਲ ਵੀ ਝੜਦੇ ਆ ਤੇ ਜਾ ਕੇ ਉਹ ਡਾਕਟਰ ਨੂੰ ਚੈੱਕ ਕਰਾਵੇ ਉਹਦੇ ਵਿੱਚ ਆਇਰਨ ਦੀ ਡੈਫੀਸ਼ੀਐਂਸੀ ਵੀ
ਦੈਨ ਅਸੀਂ ਦੇਖ ਸਕਦੇ ਹਾਂ ਵੀ ਸਾਡੀ ਕੰਸੈਂਟ੍ਰੇਸ਼ਨ ਭੰਗ ਹੁੰਦੀ ਹੈ ਬਿਕੋਜ਼ ਆਬਵੀਅਸਲੀ ਜੇ ਐਨਰਜੀ ਲੈਵਲ ਘੱਟ ਹੈ ਫੋਕਸ ਘੱਟ ਹੈ ਤਾਂ ਉਸ ਦੇ ਨਾਲ ਕੰਸੈਂਟ੍ਰੇਸ਼ਨ ਘੱਟ ਹੈ ਸੋ ਅਸੀਂ ਬੱਚਿਆਂ ਦੇ ਅੰਦਰ ਵੀ ਇਹ ਦੇਖ ਸਕਦੇ ਹਾਂ ਵੀ ਉਹ ਟਿੱਕੇ ਨਹੀਂ ਬਹਿੰਦਾ ਜਾਂ ਕੰਮ ਨਹੀਂ ਟਿੱਕੇ ਕਰਦਾ ਜਾਂ ਉਹਦਾ ਫੋਕਸ ਨਹੀਂ ਬਣਦਾ ਉਹ ਪੜ੍ਹਾਈ ਵੱਲ ਧਿਆਨ ਨਹੀਂ ਦਿੰਦਾ ਜਾਂ ਜਿਹੜਾ ਕੰਮ ਕਿਹਾ ਜਾਂਦਾ ਉਹ ਉਹਨੂੰ ਭੁੱਲ ਜਾਂਦਾ ਹੈਗਾ ਮੈਮਰੀਅਨ ਫੋਕਸ ਕੰਸੈਂਟ੍ਰੇਸ਼ਨ 'ਤੇ ਵੀ ਇਸ਼ੂ ਆਉਂਦੇ ਆ ਰਾਤ ਨੂੰ ਤੁਹਾਨੂੰ ਰੈਸਟਲੈਸ ਲੈਗ ਸਿੰਡਰੋਮ ਹੋ ਸਕਦਾ ਵਿਚ ਮੀਨਸ ਕਿ ਰਾਤ ਨੂੰ ਤੁਸੀਂ ਲੱਤਾਂ ਚੱਕ ਚੱਕ ਮਾਰਦੇ ਹੋ ਲੱਤਾਂ ਪਿੰਨੀਆਂ ਦੁਖਦੀਆਂ ਛੋਟੇ ਬੱਚੇ ਰਾਤ ਨੂੰ ਰੋਂਦੇ ਆ ਕਿ ਮੇਰੀਆਂ ਲੱਤਾਂ ਦੁਖਦੀਆਂ ਦੈਟ ਕੁਡ ਬੀ ਅਨਦਰ ਸਾਈਨ ਕਿ ਉਸਦੇ ਅੰਦਰ ਅਨੀਮੀਆ ਹੋ ਸਕਦਾ ਉਸਦੀ ਆਇਰਨ ਦੀ ਕਮੀ ਹੈ ਕਿ ਦਿਨੇ ਉਹਨੇ ਜਿੰਨਾ ਭੱਜ ਨਾਸਤਾ ਕਰ ਲਈ ਬਟ ਹੁਣ ਉਹ ਮਸਲ ਇੰਨੇ ਸੋਰ ਨੇ ਕਿ ਰਾਤ ਨੂੰ ਉਸਨੂੰ ਤੰਗ ਕਰਦੇ ਜਾਂ ਫਿਰ ਉਹ ਰਿਪੇਅਰ ਹੋਣ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਹਾਂ ਕਿਉਂਕਿ ਉਹਨਾਂ ਵੀ ਡੋਨਟ ਹੈਵ ਐਨਰਜੀ ਟੂ ਡੂ ਦੈਟ ਜੀ ਦੈਨ ਤੁਹਾਨੂੰ ਆਪਣੀ ਨੇਲ ਹੈਲਥ ਤੋਂ ਪਤਾ ਲੱਗਦਾ ਹੈ ਨੇਲ ਜਿਹੜੇ ਨੇ ਉਹ ਬ੍ਰਿਟਲ ਹੈਗੇ ਨੇ ਜਲਦੀ ਟੁੱਟ ਜਾਂਦੇ ਹੈਗੇ ਨੇ ਪਤਲੇ ਹੈਗੇ ਨੇ ਔਰ ਉਹ ਦੋਵੇਂ ਚੀਜ਼ਾਂ ਇੰਡੀਕੇਟ ਕਰਦੀਆਂ ਆਇਰਨ ਦੀ ਡੈਫੀਸ਼ੀਐਂਸੀ ਵੀ ਇੰਡੀਕੇਟ ਕਰਦੀਆਂ ਥਾਇਰੋਇਡ ਦੇ ਅੰਦਰ ਪ੍ਰੋਬਲਮ ਹੋਣ ਕਰਕੇ ਵੀ ਤੁਹਾਡੇ ਨੇਲ ਬ੍ਰਿਟਲ ਅਤੇ ਈਜ਼ੀਲੀ ਟੁੱਟ ਸਕਦੇ ਨੇ ਆਇਰਨ ਡੈਫੀਸ਼ੀਐਂਸੀ ਅਨੀਮੀਆ ਦੇ ਅੰਦਰ ਨੇਲਸ ਦੇ ਵਿੱਚ ਇੱਕ ਟਿਪੀਕਲ ਚੀਜ਼ ਦੇਖੀ ਜਾ ਸਕਦੀ ਹੈ ਐਂਡ ਉਹ ਇੱਕ ਤਾਂ ਹੋ ਸਕਦਾ ਕਿ ਤੁਹਾਡੇ ਜਿਹੜੇ ਨੇਲਸ ਨੇ ਉਹਨਾਂ ਅੰਦਰ ਲਾਈਨਸ ਹੋਣ ਦੂਸਰਾ ਹੁੰਦਾ ਹੈ ਕਿ ਸਪੂਨ ਸ਼ੇਪਡ ਆਫ ਦ ਨੇਲਸ ਪਤਾ ਨਹੀਂ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਨਹੀਂ ਕਈਆਂ ਦੇ ਨੇਲ ਜਿਹੜੇ ਨੇ ਵਿਚਾਲੇ ਡੂੰਗੇ ਹੋ ਜਾਂਦੇ ਨੇ ਹਾਂਜੀ ਵਿੱਚੋਂ ਡੂੰਗੇ ਹੋ ਜਾਂਦੇ ਤੇ ਚਮਚਾ ਜਿਹਾ ਬਣ ਜਾਂਦਾ ਬਿਲਕੁਲ ਸੋ ਉਹ ਜਿਹੜੀ ਚੀਜ਼ ਹੈ ਇਜ਼ ਅ ਕਲੀਅਰ ਇੰਡੀਕੇਸ਼ਨ ਕਿ ਮਰੀਜ਼ ਦੇ ਅੰਦਰ ਜਿਹੜਾ ਆਇਰਨ ਹੈ ਉਹ ਘੱਟ ਰਿਹਾ ਹੈਗਾ ਸੋ ਇਹ ਸਾਰੇ ਲੱਛਣ ਮੈਨੂੰ ਇਹ ਇੰਡੀਕੇਟ ਕਰਦੇ ਨੇ ਵੀ ਮੈਂ ਆਪਣਾ ਸੀ ਪੀ ਸੀ ਕਰਾਵਾਂ ਬਲੱਡ ਟੈਸਟ ਕਰਾਵਾਂ ਅਤੇ ਇਸ ਜਿਹੜਾ ਇਸ਼ੂ ਹੈਗਾ ਇਸ ਨੂੰ ਐਡਰੈਸ ਕਰਾਂ ਕਈ ਵਾਰੀ ਇਹ ਹੁੰਦਾ ਕਿ ਸਾਰਾ ਕੁਝ ਕੋਰਿਲੇਟਡ ਤਾਂ ਨਹੀਂ ਵੀ ਆਇਰਨ ਵੀ ਘੱਟ ਗਿਆ ਵਿਟਾਮਿਨ ਡੀ ਵੀ ਘੱਟ ਗਿਆ ਬੀ12 ਵੀ ਘੱਟ ਗਿਆ ਇਹ ਸਾਰੇ ਕਿਤੇ ਇੱਕ ਚੀਜ਼ ਦੇ ਮੈਲ ਫੰਕਸ਼ਨ ਕਰਕੇ ਨਹੀਂ ਸਾਰੇ ਘੱਟ ਸਕਦੇ ਨਹੀਂ ਦੇਖੋ ਹਰ ਇੱਕ ਚੀਜ਼ ਜਿੱਦਾਂ ਅਸੀਂ ਕਿਹਾ ਜੇ ਵਿਟਾਮਿਨ ਬੀ12 ਘੱਟ ਹੈਗਾ ਤਾਂ ਇਟਸ ਸਪਲੀਮੈਂਟ ਵਿਟਾਮਿਨ ਡੈਫੀਸ਼ੀਐਂਸੀ ਸੋ ਵਿਟਾਮਿਨ ਡੀ ਦੀ ਉੱਥੇ ਕਮੀ ਹੈ ਆਇਰਨ ਦੇ ਇੰਨੇ ਸਾਰੇ ਕਾਰਨ ਨੇ ਜਿਸ ਦੇ ਨਾਲ ਇਹ ਕਮੀ ਹੋ ਸਕਦੀ ਹੈ ਆਇਰਨ ਦੀ ਸਪਲੀਮੈਂਟ ਦੇ ਨਾਲ ਵੀ ਕਮੀ ਪੂਰੀ ਨਹੀਂ ਹੋ ਰਹੀ ਵਿਟਾਮਿਨ ਬੀ12 ਲੈਣ ਦੇ ਨਾਲ ਵੀ ਕਮੀ ਪੂਰੀ ਨਹੀਂ ਹੋ ਰਹੀ ਤਾਂ ਮਾਲ ਅਬਜ਼ਾਰਪਸ਼ਨ ਦੀ ਪ੍ਰੋਬਲਮ ਹੋ ਸਕਦੀ ਹੈਗੀ ਸੋ ਵੀ ਨੀਡ ਟੂ ਲੁੱਕ ਇਨ ਟੂ ਵਿਟਾਮਿਨ ਡੀ ਜਿਹੜੀ ਕੰਟਰੀ 'ਚ ਆਪਾਂ ਰਹਿੰਦੇ ਸਾਨੂੰ ਆਲਰੇਡੀ ਪਤਾ ਹੈਗਾ ਦਿਸ ਇਜ਼ ਵਾਈ ਇਟ ਇਜ਼ ਹੈਪਨਿੰਗ ਪਰ ਜੇ ਸਾਰੀਆਂ ਚੀਜ਼ਾਂ ਇਕੱਠੀਆਂ ਹੋਣ ਲੱਗ ਜਾਣ ਤਾਂ ਤੁਹਾਡੇ ਸਿਹਤ ਦੇ ਨਾਲ ਹੋਰ ਜਿਹੜੇ ਪ੍ਰੋਬਲਮਸ ਨੇ ਉਹ ਵੱਧ ਸਕਦੀਆਂ ਹੈਗੀਆਂ ਲਾਈਕ ਵੀ ਕੁਡ ਹੈਵ ਮੋਰ ਕ੍ਰੋਨਿਕ ਹੈਲਥ ਇਸ਼ੂ ਇੱਕ ਸਵਾਲ ਹੁੰਦਾ ਕਿ ਜੇ ਆਪਾਂ ਸਪਲੀਮੈਂਟ ਲੈਂਦੇ ਹਾਂ ਅਤੇ ਜੇ ਉੱਥੇ ਅੰਦਰ ਵਿਟਾਮਿਨ ਸੀ ਘਟਿਆ ਅਤੇ ਕੈਲਸ਼ੀਅਮ ਜ਼ਿਆਦਾ ਹੈ ਤਾਂ ਵੀ ਪੰਗਾ ਪੈਂਦਾ ਹੁਣ ਜਿਹੜਾ ਅਸੀਂ ਫੂਡ ਦੀ ਮੈਂ ਗੱਲ ਕਰਨਾ ਵੀ ਕਿਹੜਾ ਕਿਹੜਾ ਫੂਡ ਖਾਧਾ ਜਾਵੇ ਜਿਹਦੇ ਵਿੱਚੋਂ ਆਇਰਨ ਆਪਾਂ ਨੂੰ ਨੈਚੁਰਲੀ ਵੱਧ ਮਿਲੇ ਪਰੰਤੂ ਕੀ ਉਹਦੇ ਨਾਲ ਵਿਟਾਮਿਨ ਸੀ ਲੈਣਾ ਵੀ ਜ਼ਰੂਰੀ ਆ ਕਿਉਂਕਿ ਤੁਸੀਂ ਚਾਹੇ ਸਪਲੀਮੈਂਟ ਲੈ ਲਿਆ ਜੇ ਵਿਟਾਮਿਨ ਸੀ ਉੱਥੇ ਪ੍ਰੋਪਰ ਹੈ ਨਹੀਂ ਫਿਰ ਜਿਹੜਾ ਫੂਡ ਦੇ ਵਿੱਚ ਵੀ ਤੁਹਾਡਾ ਆਇਰਨ ਅਬਜ਼ਾਰਬ ਨਹੀਂ ਹੋਏਗਾ ਪਹਿਲਾਂ ਤਾਂ ਇਹ ਵੀ ਪਤਾ ਕਰਨਾ ਜ਼ਰੂਰੀ ਹੈ ਕਿ ਮੇਰੇ ਸਰੀਰ ਦੇ ਅੰਦਰ ਆਇਰਨ ਦੀ ਅਬਜ਼ਾਰਬਸ਼ਨ ਦੀ ਇਸ਼ੂ ਤਾਂ ਨਹੀਂ ਹੈਗੇ ਮੈਨੂੰ ਕੋਈ ਸਿਲੀਅਕ ਡਿਜ਼ੀਜ਼ ਤਾਂ ਨਹੀਂ ਹੈਗਾ ਜਿਸ ਦੇ ਅੰਦਰ ਮੇਰੀ ਅੰਦਰ ਅਬਜ਼ਾਰਬ ਹੀ ਨਹੀਂ ਕਰ ਰਹੀ ਹੈ ਮੈਂ ਜਿੰਨਾ ਮਰਜ਼ੀ ਆਇਰਨ ਖਾ ਲਾਂ ਤਾਂ ਵਿਟਾਮਿਨ ਸੀ ਦੇ ਨਾਲ ਖਾ ਲਾਂ ਅਬਜ਼ਾਰਬਸ਼ਨ ਹੋਣੀ ਨਹੀਂ ਠੀਕ ਹੈ ਜੀ ਸੋ ਫਸਟ ਵੀ ਡੈਫੀਨਿਟਲੀ ਨੀਡ ਟੂ ਜੇ ਕ੍ਰੋਨਿਕ ਰਹਿੰਦਾ ਹੋਵੇ ਤਾਂ ਸਾਨੂੰ ਫਿਰ ਉਸ ਚੀਜ਼ ਨੂੰ ਡਾਇਗਨੋਸ ਕਰਨਾ ਜ਼ਰੂਰੀ ਹੈਗਾ ਕਿ ਮੈਂ ਅੱਛਾ ਖਾਣਾ ਖਾ ਰਿਹਾ ਹੈਗਾ ਸਭ ਕੁਝ ਚੰਗਾ ਹੈਗਾ ਪਰ ਮੇਰਾ ਵਜ਼ਨ ਘਟਦਾ ਜਾ ਰਿਹਾ ਤੇ ਆਇਰਨ ਹਮੇਸ਼ਾ ਲੋ ਰਹਿ ਰਿਹਾ ਤਾਂ ਸਿਲੀਅਕ ਡਿਜ਼ੀਜ਼ ਵਰਗੇ ਘਿਨੌਣੇ ਰੋਗ ਵੀ ਹੋ ਸਕਦੇ ਹੈਗੇ ਨੇ ਬਟ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਤਾਂ ਜਿਵੇਂ ਅਸੀਂ ਗੱਲ ਕੀਤੀ ਕਿ ਆਇਰਨ ਦੀ ਗੋਲੀ ਦੇ ਨਾਲ ਵੀ ਕੈਲਸ਼ੀਅਮ ਨਹੀਂ ਲੈਣਾ ਤਾਂ ਉਸੇ ਤਰ੍ਹਾਂ ਸਾਗ ਪਾਲਕ ਜਾਂ ਕੁਛ ਇਹ ਖਾ ਰਹੇ ਹਾਂ ਤਾਂ ਉਹਦੇ ਨਾਲ ਵੀ ਜੇ ਸਾਗ ਜਾਂ ਅਸੀਂ ਪਾਲਕ ਦੀ ਸਬਜ਼ੀ ਜਾਂ ਪਾਲਕ ਪਨੀਰ ਲੈ ਰਹੇ ਹਾਂ ਤਾਂ ਉਹਦੇ ਨਾਲ ਦਹੀਂ ਨਹੀਂ ਖਾਓ ਅੱਛਾ ਕਿਉਂਕਿ ਸਾਗ ਤੋਂ ਬਗੈਰ ਤੇ ਦਹੀਂ ਜਿਹੜਾ ਜੀ ਉਹ ਦਹੀਂ ਤੋਂ ਬਗੈਰ ਤਾਂ ਸਾਗ ਦਾ ਪਤਾ ਨਹੀਂ ਲੱਗਦਾ ਵੀ ਖਾਧਾ ਜਾਂਦਾ ਨਹੀਂ ਹੁਣ ਆਪਾਂ ਜੇ ਥਾਲੀ ਵੀ ਲੈਨੇ ਆ ਤਾਂ ਥਾਲੀ ਦੇ ਅੰਦਰ ਵੀ ਇੱਕ ਦਹੀਂ ਦੀ ਕੌਲੀ ਜ਼ਰੂਰ ਹੁੰਦੀ ਹੈ ਹਾਂਜੀ ਹਾਂਜੀ ਸੋ ਕਦੀ ਵੀ ਸਾਗ ਦੇ ਨਾਲ ਪਰ ਇੰਡੀਆ ਦੇ ਵਿੱਚ ਮੈਨੂੰ ਕਦੀ ਰਿਕਾਲ ਨਹੀਂ ਹੋਇਆ ਕਿ ਸਾਗ ਦੇ ਨਾਲ ਅਸੀਂ ਦਹੀਂ ਖਾਂਦੇ ਸੀ ਸਾਗ ਦੇ ਨਾਲ ਮੱਕੀ ਦੀ ਰੋਟੀ ਘਿਓ ਜਾਂ ਜੋ ਵੀ ਹਰੀ ਮਿਰਚ ਕਿਉਂਕਿ ਆਮ ਤੌਰ ਦੇ ਉੱਪਰ ਤੁਸੀਂ ਕਿਉਂਕਿ ਸ਼ਹਿਰਾਂ 'ਚ ਪਲੇ ਹੋ ਅਸੀਂ ਪਿੰਡਾਂ ਵਾਲੇ ਜਿਹੜੇ ਜੀ ਉਹ ਸਾਗ ਦੇ ਵਿੱਚ ਮੱਖਣ ਮੱਕੀ ਦੀ ਰੋਟੀ ਜੇ ਨਾਲ ਦਹੀਂ ਨਾ ਹੋਵੇ ਜੀ ਤੇ ਫਿਰ ਤੋਂ ਕਹਿੰਦੇ ਸਾਗ ਦਾ ਸਵਾਦ ਨਹੀਂ ਆਉਂਦਾ ਬਟ ਜੇ ਤਾਂ ਅਸੀਂ ਸਾਡੀ ਅਬਜ਼ਾਰਪਸ਼ਨ ਠੀਕ ਹੈ ਮੇਰਾ ਆਇਰਨ ਠੀਕ ਹੈ ਫਿਰ ਮੈਨੂੰ ਕੋਈ ਵਰੀ ਨਹੀਂ ਹੈਗੀ ਬਟ ਜੇ ਮੇਰਾ ਆਇਰਨ ਡੈਫੀਸਿਟ ਰਹਿੰਦਾ ਤੇ ਮੈਂ ਚਾਹਨਾ ਵਾਂ ਕਿ ਮੇਰਾ ਥੋੜਾ ਬਹੁਤ ਇਸ ਚੀਜ਼ ਗੱਲ ਕੀ ਵੀ ਸਾਗ ਦੇ ਵਿੱਚੋਂ ਆਇਰਨ ਨਹੀਂ ਮਿਲਣਾ ਬਾਕੀ ਚੀਜ਼ਾਂ ਤਾਂ ਮਿਲਣਗੀ ਹਾਂਜੀ ਸੋ ਉਹ ਜੇ ਆਇਰਨ ਅਬਜ਼ਾਰਬ ਕਰਨੀ ਹੈ ਤਾਂ ਉਹ ਕੈਲਸ਼ੀਅਮ ਨੇ ਨਹੀਂ ਹੋਣ ਦੇਣੀ ਜੇ ਤੁਹਾਡੇ ਅੰਦਰ ਰੋਗ ਹੈ ਅਸੀਂ ਪਾਲਕ ਲੈਨੇ ਆ ਪਾਲਕ ਦੇ ਵਿੱਚ ਫੁੱਲ ਆਫ ਆਇਰਨ ਹੁੰਦਾ ਜੀ ਅਸੀਂ ਪਾਲਕ ਦੇ ਵਿੱਚ ਪਨੀਰ ਤੋਂ ਦਿੰਦੇ ਆ ਹਾਂਜੀ ਬਿਲਕੁਲ ਆਈ ਵਾਸ ਅਬਾਊਟ ਟੂ ਸੇ ਦੈਟ ਕਿ ਆਪਾਂ ਜ਼ਿਆਦਾਤਰ ਸੋਚਦੇ ਆ ਵੀ ਮੈਂ ਸੈਲਡਸ ਬਣਾ ਕੇ ਲਵਾਂ ਡਾਕਟਰ ਨੇ ਮੈਨੂੰ ਕਿਹਾ ਤੁਸੀਂ ਨਾ ਪਾਲਕ ਦਾ ਸੈਲਡ ਲਿਆ ਕਰੋ ਤੇ ਫਿਰ ਮੈਂ ਉਹਦੇ ਅੰਦਰ ਹੀ ਫੈਟਾ ਚੀਜ਼ ਹੈ ਨਾ ਚੀਜ਼ ਉਹ ਚੀਜ਼ ਪਾਣੇ ਸ਼ੁਰੂ ਕਰ ਦੇਣੀ ਕਿ ਮੈਂ ਤਾਂ ਸੈਲਡ ਬਣਾਇਆ ਬਟ ਜੇ ਆਪਾਂ ਉਹੀ ਪਾਲਕ ਦੇ ਅੰਦਰ ਫੈਟਾ ਚੀਜ਼ ਪਾ ਲਿਆ ਤਾਂ ਅਸੀਂ ਕੰਬਾਈਨ ਕਰ ਲਿਆ ਕੈਲਸ਼ੀਅਮ ਨੂੰ ਇਨਹਿਬਿਟਰ ਮੈਂ ਪਾ ਦਿੱਤਾ ਸੋ ਇਨਹਿਬਿਟਰ ਨਹੀਂ ਲੈਣਾ ਇਨਹਿਬਿਟਰ ਦੇ ਅੰਦਰ ਤੁਹਾਡਾ ਕੈਲਸ਼ੀਅਮ
चीज़ जी वरती बहुत जाती है हर निकी निकी चीज दे विच हर के बंदा पुछण लग पैंदा जिहड़ा चीज है यह की चीज है कि इस तो बगैर जिहड़े इधरले मुल्कां वाले तां रहिंदे बिल्कुल जिहड़ा अपना हैगा गाजर जां फिर चुकंदर हो गया ਇਹਨਾਂ ਦੇ ਵਿੱਚ ਵੀ ਕਹਿੰਦੇ ਆਇਰਨ ਜ਼ਿਆਦਾ ਹੁੰਦੀ ਹੈ ਹਾਂਜੀ ਸੋ ਇਹਦੇ ਵਿੱਚ ਕਿਉਂਕਿ ਇਹ ਤੋਂ ਬਚਿਆ ਜਾ ਸਕਦਾ ਵੀ ਭਾਈ ਇਹਨਾਂ ਨਾਲ ਵੀ ਦਹੀਂ ਨਹੀਂ ਖਾਣਾ ਚਾਹੀਦਾ ਫਿਰ ਹਾਂਜੀ ਹਾਂਜੀ ਬਿਲਕੁਲ ਨਹੀਂ ਖਾਣਾ ਚਾਹੀਦਾ ਜਿਹੜਾ ਆਲੂ ਗਾਜਰ ਦੀ ਸਬਜ਼ੀ ਉਹਨਾਂ ਨੂੰ ਨਹੀਂ ਖਾਣਾ ਚਾਹੀਦਾ ਜਿਨ੍ਹਾਂ ਦੇ ਅੰਦਰ ਐਬਜ਼ਾਰਪਸ਼ਨ ਦੀ ਪ੍ਰੋਬਲਮ ਹੈ ਜਾਂ ਆਇਰਨ ਲੋ ਹੈ ਜੀ ਬਟ ਨਾਰਮਲੀ ਨਹੀਂ ਹੈ ਕਿ ਨਹੀਂ ਖਾਇਆ ਜਾ ਸਕਦਾ ਅਸੀਂ ਖਾ ਸਕਦੇ ਹਾਂ ਬਟ ਜਿਹਨਾਂ ਦੇ ਅੰਦਰ ਆਇਰਨ ਦੀ ਕਮੀ ਔਰ ਤੁਸੀਂ ਇਸ ਨੂੰ ਇਸ ਕਰਕੇ ਵਧਾ ਕੇ ਲੈ ਰਹੇ ਹੋ ਵੀ ਮੈਂ ਜ਼ਿਆਦਾ ਕੈਰਟ ਐਂਡ ਇਹ ਸਭ ਜੂਸਿਸ ਲੈ ਰਹੀ ਹੁਣ ਕਈ ਵਾਰੀ ਕਈ ਲੋਕ ਸਮੂਦੀਜ਼ ਬਣਾਉਂਦੇ ਨੇ ਮਾਰਨਿੰਗ ਦੇ ਅੰਦਰ ਮੈਂ ਸਮੂਦੀ ਬਣਾ ਰਹੀ ਹਾਂ ਕਿ ਮੈਂ ਮੇਰੇ ਆਇਰਨ ਘੱਟ ਹੈ ਸੋ ਮੈਂ ਸਪਿਨਚ ਐਂਡ ਆਲ ਦਾ ਤੇ ਉਹ ਸਮੂਦੀ ਜਦੋਂ ਯੋਗਟ ਪਾ ਲੈਣ ਕਈ ਵਾਰੀ ਯੋਗਟ ਪਾ ਲੈਂਦੇ ਨੇ ਦੁੱਧ ਵੀ ਪਾ ਲੈਂਦੇ ਜੀ ਹਾਂਜੀ ਸੋ ਫਿਰ ਅਸੀਂ ਜਿਹੜਾ ਫਾਇਦਾ ਲੈਣਾ ਚਾਹੁੰਦੇ ਸੀ ਜਿਸ ਕਰਕੇ ਮੈਂ ਸਮੂਦੀ ਬਣਾ ਰਹੀ ਹਾਂ ਉਹਦਾ ਫਿਰ ਮੈਂ ਨੁਕਸਾਨ ਲੈਂਦਾ ਗੱਲ ਕੀ ਕਿ ਬੜੀ ਕੋਸ਼ਿਸ਼ ਦੇ ਨਾਲ ਇੱਕ ਪਾਸਿਓਂ ਤੇ ਆਪਾਂ ਹਵਾ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਜੇ ਪਾਸੇ ਜਿਹੜਾ ਉਹ ਪੈਂਚਰ ਵੱਡਾ ਕਰਤਾ ਵੀ ਤੁਸੀਂ ਉਹ ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਹਵਾ ਨਹੀਂ ਭਰਨੀ ਉਹ ਨਿਕਲਦਾ ਹੀ ਰਹੇਗਾ ਨਿਕਲਦੀ ਰਹਿਣੀ ਹੈ ਜੀ ਇਸੇ ਢੰਗ ਨਾਲ ਜੇ ਤੁਸੀਂ ਸਮੂਦੀ ਦੇ ਵਿੱਚ ਬਾਕੀ ਤੁਸੀਂ ਬ੍ਰੋਕਲੀ ਵੀ ਪਾ ਲਈ ਤੁਸੀਂ ਸੈਲਰੀ ਵੀ ਪਾ ਲਈ ਜਿੰਨੀਆਂ ਵੀ ਫੁੱਲ ਆਫ ਆਇਰਨ ਚੀਜ਼ਾਂ ਨੇ ਜੀ ਉਹ ਪਾ ਰਹੀ ਹਾਂ ਉਹ ਕਿਉਂਕਿ ਜੇ ਗਾੜਾ ਬਣ ਗਿਆ ਉਹਦੇ ਵਿੱਚ ਅਸੀਂ ਦਹੀਂ ਮਿਲਾਤਾ ਜਾਂ ਉਹਦੇ ਵਿੱਚ ਦੁੱਧ ਪਾਤਾ ਜੀ ਤਾਂ ਫਿਰ ਕਹਿ ਲਓ ਕਿ ਬਸ ਸਤਿਆਨਾਸੀ ਹੋ ਗਿਆ ਜੀ ਆਮ ਤੌਰ ਦੇ ਉੱਪਰ ਸਾਨੂੰ ਬਨਾਨਾ ਸ਼ੇਕ ਮਿਲਕ ਸ਼ੇਕ ਜਾਂ ਫਿਰ ਮੈਂਗੋ ਸ਼ੇਕ ਸੋਇਆ ਮਿਲਕ ਵੀ ਐਡ ਕਰਦੇ ਹੈਗੇ ਆ ਸੋ ਸਾਡੇ ਦਿਮਾਗਾਂ ਦੇ ਵਿੱਚ ਉਹ ਚੀਜ਼ਾਂ ਫਸੀਆਂ ਨੇ ਕਿਉਂਕਿ ਜਦੋਂ ਅਸੀਂ ਇਸ ਫਰੂਟ ਦੀ ਵੀ ਸਮੂਦੀ ਬਣਾਉਂਦੇ ਹਾਂ ਜਾਂ ਵੈਜੀਟੇਬਲਸ ਦੀ ਵੀ ਸਮੂਦੀ ਬਣਾਉਂਦੇ ਹਾਂ ਤੇ ਉਸ ਢੰਗ ਦੇ ਨਾਲ ਵੀ ਉਹਦੇ ਵਿੱਚ ਦੁੱਧ ਪਾ ਕੇ ਤੁਸੀਂ ਉਹ ਸ਼ੇਕ ਬਣਾਉਣ ਦੀ ਉਹ ਫਿਰ ਇਹ ਹੈ ਜੀ ਵੀ ਤੁਹਾਡਾ ਢਿੱਡ ਤਾਂ ਭਰ ਸਕਦਾ ਬਾਕੀ ਹੋਰ ਚੀਜ਼ਾਂ ਤੁਹਾਡੇ ਵਿੱਚ ਮਿਲ ਜਾਣਗੀਆਂ ਪਰ ਜਿਹੜਾ ਆ ਆਇਰਨ ਭੁੱਲ ਜਾਓ ਮਰੂੰਡੇ ਵਾਲੇ ਭਾਈ ਨੂੰ ਹੁਣ ਕੀ ਆ ਕਿ ਕੀਤਾ ਕੀ ਜਾਵੇ ਫਿਰ ਇਹਦਾ ਇਲਾਜ ਕੀ ਆ ਹੋਮਿਓਪੈਥੀ ਕਿਵੇਂ ਹੈਲਪ ਕਰਦੀ ਹੈ ਦੇਖੋ ਹੋਮਿਓਪੈਥੀ ਦੇ ਅੰਦਰ ਵੀ ਕਨਸੈਪਟ ਆਫ ਫਸਟ ਆਫ ਆਲ ਡਾਇਗਨੋਸਿਸ ਹੁੰਦਾ ਹੈ ਕਨਸੈਪਟ ਆਫ ਤੁਸੀਂ ਜਦੋਂ ਆਪਣਾ ਡਾਇਗਨੋਸਿਸ ਲੈ ਕੇ ਆਉਂਦੇ ਹੋ ਵੀ ਮੈਨੂੰ ਇੰਨੀ ਦੇਰ ਤੋਂ ਐਂ ਹੋ ਰਿਹਾ ਮੈਂ ਇੰਨੀ ਦੇਰ ਤੋਂ ਸਪਲੀਮੈਂਟਸ ਲੈ ਰਿਹਾ ਬਟ ਇਟਸ ਨੋਟ ਵਰਕਿੰਗ ਆਊਟ ਜਾਂ ਮੇਰੇ ਡਾਕਟਰ ਨੇ ਇਹ ਡਾਇਗਨੋਸ ਕੀਤਾ ਹੈਗਾ ਪਲੱਸ ਔਨ ਯੂਰ ਸਿਮਟਮ ਬੇਸਡ ਕਿ ਮੈਨੂੰ ਮੇਰਾ ਸਾਹ ਫੁੱਲਦਾ ਜਾਂ ਪੈਲਪੀਟੇਸ਼ਨ ਹੁੰਦੀ ਹੈ ਮੇਰੇ ਵਾਲ ਝੜਦੇ ਨੇ ਹੋਮਿਓਪੈਥੀ ਇਜ਼ ਮੋਰ ਔਨ ਦਾ ਸਿਮਟਮ ਬੇਸ ਸੋ ਵੀ ਲੁੱਕ ਇਨ ਟੂ ਬਰਾਡ ਪਿਕਚਰ ਆਫ ਵਟ ਐਗਜੈਕਟਲੀ ਇਜ਼ ਅ ਟੋਟੈਲਿਟੀ ਆਫ ਯੋਰ ਕੇਸ ਅਤੇ ਉਸਦੇ ਅੰਦਰ ਮੈਡੀਕੇਸ਼ਨ ਇੱਦਾਂ ਦੀਆਂ ਨੇ ਜਿਹੜੀਆਂ ਕਿ ਇੰਟਰਨਲ ਐਬਜ਼ੋਰਪਸ਼ਨ ਨੂੰ ਵੀ ਇੰਪਰੂਵ ਕਰਦੀਆਂ ਹੈਗੀਆਂ ਦੇਰ ਆਰ ਮੈਡੀਸਨ ਜਿਹੜੀਆਂ ਕਿ ਜੇ ਅਸੀਂ ਐਬਜ਼ੋਰਬ ਨਹੀਂ ਕਰ ਪਾਉਂਦੇ ਜੋ ਮੈਂ ਲੈ ਰਹੀ ਹਾਂ ਕੋਈ ਇਨਫਲਮੇਸ਼ਨ ਹੈਗੀ ਆ ਆਂਦਰਾਂ ਦੇ ਅੰਦਰ ਜਾਂ ਫਿਰ ਮੈਨੂੰ IBS ਹੈਗਾ ਜਿਹਦੇ ਨਾਲ ਕਿ ਫੂਡ ਅੰਦਰ ਬਾਅਦ 'ਚ ਜਾਂਦਾ ਇਰੀਟੇਟ ਹੋ ਕੇ ਬਾਹਰ ਚਲਾ ਜਾਂਦਾ ਹੈਗਾ ਤਾਂ ਉਹ ਚੀਜ਼ਾਂ ਨੂੰ ਗ੍ਰੈਜੂਅਲੀ ਜਿਹੜੀ ਹੈ ਇੰਪਰੂਵ ਕਰਦੀਆਂ ਹੈਗੀਆਂ ਮੈਡੀਕੇਸ਼ਨ ਜਿਸ ਨਾਲ ਫਿਰ ਐਬਜ਼ੋਰਪਸ਼ਨ ਇੰਪਰੂਵ ਹੁੰਦਾ ਤਾਂ ਜੋ ਅਸੀਂ ਖੁਰਾਕ 'ਚ ਲੈ ਰਹੇ ਹਾਂ ਅਸੀਂ ਹੌਲੀ ਹੌਲੀ ਉਸਨੂੰ ਇਨਟੇਕ ਕਰ ਸਕਦੇ ਹਾਂ ਉਸੇ ਤਰ੍ਹਾਂ ਜੇ ਫੀਮੇਲਸ ਦੇ ਅੰਦਰ ਹੈਵੀ ਮੈਂਸਟਰਲ ਸਾਈਕਲ ਹੈਗਾ ਉਹਨਾਂ ਦੇ ਫਾਈਬਰਡਸ ਹੈਗੇ ਨੇ ਉਹਨਾਂ ਨੂੰ ਮੈਂਸਿਸ ਦੇ ਅੰਦਰ ਜ਼ਿਆਦਾ ਕਲਾਟ ਹੈ ਆਉਂਦੇ ਨੇ ਤਾਂ ਉਹਨਾਂ ਚੀਜ਼ਾਂ ਨੂੰ ਟ੍ਰੀਟ ਕਰਨਾ ਜ਼ਰੂਰੀ ਹੈਗਾ ਨਾ ਕਿ ਮੈਂ ਸਿਰਫ ਇਕੱਲਾ ਉਹਨਾਂ ਨੂੰ ਸਪਲੀਮੈਂਟ ਕਰੀ ਜਾਵਾਂ ਕਿਉਂਕਿ ਸਪਲੀਮੈਂਟ ਕਰੀ ਜਾਵਾਂਗੇ ਉੱਪਰੋਂ ਪਾਈ ਜੋ ਥੱਲਿਓਂ ਕੱਢੀ ਜੋ ਵਾਲੀ ਗੱਲ ਹੈਗੀ ਹੈ ਸੋ ਜਦੋਂ ਤੱਕ ਅਸੀਂ ਉਸ ਕਾਰਨ ਨੂੰ ਦੂਰ ਨਹੀਂ ਕਰਦੇ ਜਿਸ ਨਾਲ ਉਹ ਘੱਟ ਰਿਹਾ ਹੈਗਾ ਉਦੋਂ ਤੱਕ ਜਿਹੜਾ ਮਰੀਜ਼ ਨੂੰ ਇਲਾਜ ਨਹੀਂ ਮਿਲਦਾ ਸੋ ਇਨ ਕੇਸ ਆਫ ਫੀਮੇਲ ਹੈਵਿੰਗ ਯੂਟਰਾਈਨ ਪ੍ਰੋਬਲਮਸ ਐਂਡ ਫਾਈਬਰੋਇਡਸ ਐਂਡ ਆਲ ਦੈਟ ਟ੍ਰੀਟਮੈਂਟ ਉਸ ਚੀਜ਼ ਲਈ ਦਿੱਤਾ ਜਾਂਦਾ ਉਹ ਦੇਣ ਦੇ ਨਾਲ ਹੀ ਮਰੀਜ਼ ਦਾ ਆਪਣੇ ਆਪ ਨੈਚੁਰਲ ਰਿਜ਼ਰਵ ਜਿਹੜਾ ਉਹ ਇੰਪਰੂਵ ਹੋਣਾ ਸ਼ੁਰੂ ਹੁੰਦਾ ਅਤੇ ਮਰੀਜ਼ ਨੂੰ ਸਪਲੀਮੈਂਟਸ ਦੀ ਜਿਹੜੀ ਲੋੜ ਨਹੀਂ ਰਹਿੰਦੀ ਜਿਵੇਂ ਕਿ ਛੋਟੇ ਬੱਚਿਆਂ ਦੇ ਅੰਦਰ ਆਪਾਂ ਗੱਲ ਕੀਤੀ ਸੀ ਜੇ ਕਬਜ਼ੀ ਰਹਿੰਦੀ ਹੈ ਕਬਜ਼ੀ ਨਾਲ ਉਹਦੀ ਭੁੱਖ ਮਰਦੀ ਹੈ ਅਤੇ ਭੁੱਖ ਦੇ ਨਾਲ ਉਹ ਕੁਝ ਖਾਂਦਾ ਨਹੀਂ ਅਤੇ ਉਸਦੇ ਨਾਲ ਉਹਦੇ ਜਿਹੜੇ ਰਿਜ਼ਰਵਸ ਘੱਟ ਰਹੇ ਨੇ ਤਾਂ ਫਿਰ ਕਬਜ਼ੀ ਖੋਲਣ ਦੀ ਲੋੜ ਹੈ ਨਾ ਕੌਨਸਟੀਪੇਸ਼ਨ ਦੂਰ ਕਰਦੇ ਹਾਂ ਸਾਰ ਹੀ ਬੱਚੇ ਦੀ ਐਪੀਟਾਈਟ ਇੰਪਰੂਵ ਹੁੰਦੀ ਹੈ ਉਹਦਾ ਖਾਣਾ ਪੀਣਾ ਇੰਪਰੂਵ ਹੁੰਦਾ ਅਤੇ ਆਪਾਂ ਇਨਕਾਰਪੋਰੇਟ ਕਰ ਸਕਦੇ ਹਾਂ ਆਇਰਨ ਫੋਰਟੀਫਾਈਡ ਫੂਡ ਐਂਡ ਦਾ ਚਾਈਲਡ ਇਜ਼ ਹੈਲਥੀ ਅਤੇ ਫਿਰ ਇਹ ਨਹੀਂ ਹੈ ਕਿ ਉਹ ਇੱਕ ਕਬਜ਼ੀ ਅਤੇ ਆਇਰਨ ਸਪਲੀਮੈਂਟ ਦਾ ਵਿਸ਼ਸ ਸਾਈਕਲ ਜਿਹੜਾ ਉਹ ਟੁੱਟ ਜਾਂਦਾ ਹੈ ਅਤੇ ਬੱਚਾ ਜਿਹੜਾ ਉਹ ਹੈਲਦੀ ਹੁੰਦਾ ਹੈ ਔਰ ਉਸੇ ਨਾਲ ਹੀ ਉਸਦੀ ਜਿਹੜੀ ਮਾਨਸਿਕਤਾ ਉਹਦੀ ਅਟੈਂਸ਼ਨ ਡੈਫੀਸਿਟ ਜਾਂ ਫਿਰ ਉਹਦੀ ਫੋਕਸ ਕੰਸਨਟ੍ਰੇਸ਼ਨ ਉਹਦੀ ਇਰੀਟੇਬਿਲਿਟੀ ਐਂਗਰ ਬੜੀ ਬੜੀ ਬੱਚੇ ਨਾ ਖੇਡਣਾ ਚਾਹੁੰਦੇ ਨੇ ਪਰ ਖੇਡਦੇ ਨੇ ਅਤੇ ਲੰਮੇ ਪੈ ਜਾਂਦੇ ਖੇਡਦੇ ਨੇ ਤੇ ਸੋਫੇ ਤੇ ਲੰਮੇ ਪੈ ਜਾਂਦੇ ਭੁੰਜੇ ਲੰਮੇ ਪੈ ਜਾਂਦੇ ਨੇ ਜਾਂ ਫਿਰ ਰੋਣ ਲੱਗਦੇ ਨੇ ਹੁਣ ਉਹ ਦੱਸ ਨਹੀਂ ਸਕਦੇ ਮੈਂ ਰੋਂਦਾ ਕਿਉਂ ਆ ਕਿਉਂਕਿ ਉਹ ਭੱਜ ਭੱਜ ਕੇ ਥੱਕ ਜਾਂਦੇ ਨੇ ਲੱਤਾਂ ਬਾਹਾਂ ਕੁਝ ਦੁਖਦੀਆਂ ਤੇ ਰੋਣ ਲੱਗ ਜਾਂਦੇ ਨੇ ਸੋ ਇਰੀਟੇਬਿਲਿਟੀ ਐ ਵੀ ਬੱਚੇ ਦਾ ਅੰਦਰ ਇਸ ਚੀਜ਼ ਕਰਕੇ ਡਿਵੈਲਪ ਹੁੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਸਿਡਰ ਕੀਤਾ ਜਾਂਦਾ ਜਦੋਂ ਹੋਮਿਓਪੈਥ ਇਸ ਇਸ਼ੂ ਲਈ ਟ੍ਰੀਟਮੈਂਟ ਦਿੰਦਾ ਜੀ ਸੋ ਤੁਸੀਂ ਕੋਈ ਵੀ ਚਾਹੇ ਤੁਸੀਂ ਅਨੀਮੀਆ ਤੋਂ ਪੀੜਤ ਹੋ ਤੁਹਾਡੇ 'ਚ ਵਿੱਚ ਆਇਰਨ ਦੀ ਡੈਫੀਸ਼ੀਐਂਸੀ ਰਹਿੰਦੀ ਆ ਵਿਟਾਮਿਨ ਬੀ ਦੀ ਡੈਫੀਸ਼ੀਐਂਸੀ ਰਹਿੰਦੀ ਆ ਡੀ ਜਿਹੜਾ ਜੀ ਉਹ ਘੱਟਦਾ ਜੀ ਕਈ ਵਾਰੀ ਈ ਘੱਟ ਜਾਂਦਾ ਜੀ ਕਿ ਤੁਹਾਡਾ ਉਹਦੇ ਨਾਲ ਈ ਘਟਣ ਦੇ ਨਾਲ ਤਾਂ ਫੇਸ ਤੋਂ ਕਾਫੀ ਜ਼ਿਆਦਾ ਪਤਾ ਲੱਗ ਜਾਂਦਾ ਜਿੱਦਾਂ ਮੇਰੇ ਵਾਂਗੂ ਕਾਲੇ ਕਾਲੇ ਜਿਹੜੇ ਅੱਖਾਂ ਦੁਆਲੇ ਘੇਰੇ ਹੋ ਜਾਂਦੇ ਆ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੈਲਥ ਇਸ਼ੂ ਹੈ ਤਾਂ ਤੁਸੀਂ ਪਰਮਿੰਦਰ ਹੋਰਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਪੂਰੀ ਇੱਕ ਮਾਹਿਰ ਹੋਮਿਓਪੈਥ ਮਾਹਰਾਂ ਦੀ ਟੀਮ ਜਿਹੜੀ ਆ ਉਹ ਇਹਨਾਂ ਦੇ ਕੋਲ ਮੌਜੂਦ ਹੈ 1 ਜੂਨ ਤੋਂ ਜਿਹੜਾ ਜੀ ਉਹ ਨਵੇਂ ਐਡਰੈਸ
क्वीन स्ट्रीट ईस्ट ब्रैम्पटन के पहुँच सकते हो। फोन नंबर इतने भी उ नवी लोकेशन से भी उना फोन नंबर है जी 647 एरिया कोड 856-2516 858-2516 से गलबात कर सकते हो। अंत में पुनिंदर जी कुछ कहना चाहो? हमेशा असं अलग अलग हैल्थ इशूज़ बारे गल करते हैं और हर एपीसोड के अंदर एक विषय में असं डिस्कस करते हैं जी। सो बट इस तो इलावा किसी भी तरह का हैल्थ इशू है तुहाडे अंदर बच्चों के अंदर कोई फोकस अटेंशन एपीटाइट एंगर मैनेजमेंट गुस्सा या फिर बिहेवियर इशूज़ या फिर बुजुर्गों के अंदर कोई क्रॉनिक हैल्थ इशूज़ कोई क्रॉनिक पेन्स कोई स्लिप एंड फॉल कोई पुराना एक्सीडेंट जिस तुसी किसी भी तरह ना डिसेबल या इनकपैसिटेट हो गए हो और उसका तुहानू कोई हल नहीं मिल रहा तो तुसी फ्री असैसमेंट ते कंसल्टेशन लई क्लीनिक का संपर्क कर सकते हो ताकि असीं तुहानू गाइड कर सकीए कि इस चीज़ या इस मुसीबत का किस तरह छुटकारा किया जा सकता है। दोस्तों ऐसे ही दा प्रोग्राम उम्मीद है कि तुहानू जरूर चंगा लगा होगा। तुसी किसी इशू बारे डिस्कशन चाहते हो तुहाडे को आले दुआले कोई इहो जिहा व्यक्ति है जिहड़ा किसी भी बीमारी दे नाल पीड़ित है तुसी उस बारे जानकारी चाहते हो तो साढ़े नाल संपर्क कर सकते हो। सो असी उस विषय से गलबात करके खुशी प्राप्त करा 647-2516-2516 किसी भी फीडबैक लिए फोन कर सकते हो। घट्ट बोलिया गया तो माफ़ी। अगली मुलाकात तक दो छुट्टियां जी। रब रखा।